ਇਲੈਕਸ਼ਨ ਹੋਇਆ ਜੀ ਮਾਰਚ 2022 ਦੇ ਵਿੱਚ ਕੰਮ ਬੰਦ ਪਿਆ ਸੀ ਇਸ ਫਲਾਈਓਵਰ ਦਾ 19 ਮਾਰਚ ਨੂੰ ਮੈਂ ਸੌਂ ਚੱਕੀ ਸੀ 2022 ਨੂੰ ਉਸ ਤੋਂ ਬਾਅਦ ਮੈਂ ਪਤਾ ਕੀਤਾ ਸਭ ਤੋਂ ਪਹਿਲਾਂ ਕੰਮ ਇਸ ਹਲਕੇ ਦੀ ਸਭ ਤੋਂ ਵੱਡੀ ਦਿੱਕਤ ਕਿ ਫਲਾਈਓਵਰ ਬੰਦ ਕਿਉਂ ਹੈ ਕਹਿੰਦੇ ਜੀ ਰੇਲਵੇ ਦੇ ਜਿਹੜਾ ਫਾਟਕ ਹੁੰਦਾ ਸੀ ਥੱਲੇ ਪੁਰਾਣਾ ਆਪਣਾ ਜਿਹੜਾ ਫਾਟਕ ਹੁੰਦਾ ਸੀ ਉਹ ਜਦ ਤੱਕ ਚੱਕਿਆ ਨਹੀਂ ਜਾਊਗਾ ਉਦੋਂ ਤੱਕ ਕੰਮ ਨਹੀਂ ਸ਼ੁਰੂ ਹੋਊਗਾ ਮੈਂ ਪਤਾ ਕੀਤਾ 32 ਪਰਮਿਸ਼ਨਾਂ ਚਾਹੀਦੀਆਂ ਸੀ 32 ਪਰਮਿਸ਼ਨਾਂ ਉਸ ਫਲਾਈਓਵਰ ਨੂੰ ਚੱਕਣ ਲਈ ਕਿਸੇ ਨੇ 2021 ਚ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਕਿਉਂ ਜਵਾਈ ਦਾ ਮਾਲ ਆਉਂਦਾ ਸੀ ਬੱਲੇ ਬੱਲੇ ਸੀ ਹੋਰ ਕੋਈ ਦਿੱਕਤ ਨਹੀਂ ਸੀ ਬਿੱਟੀਆ ਰਾਣੀ ਨੂੰ ਕੋਈ ਟੈਨਸ਼ਨ ਨਹੀਂ ਜਵਾਈ ਹੋਰ ਕੋਈ ਕਦੀ ਕਿਸੇ ਨੇ ਦੱਸਣ ਦਾ ਸੀ ਕਦੀ ਕਿਸੇ ਨੇ ਗੇੜਾ ਮਾਰਿਆ ਹੋਵੇ ਇੱਥੇ ਕਦੀ ਕਿਸੇ ਕੌਂਸਲਰ ਨੇ ਕਿਹਾ ਹੋਵੇ ਕਿ ਰਾਣਾ ਜੀ ਛੱਡ ਦੋ ਕੋਈ ਗੱਲ ਨਹੀਂ ਜਵਾਈ ਤੁਹਾਡਾ ਬਹੁਤ ਅਮੀਰ ਹੈ ਸਭ ਕੁਝ ਹੈਗਾ ਪ੍ਰਮਾਤਮਾ ਨੇ ਦਿੱਤਾ ਹੋਟਲ ਬਣਾ ਲਏ ਸਭ ਬਣਾ ਲਏ ਕੋਈ ਲੋਕਾਂ ਦਾ ਭਲਾ ਕਰ ਲਓ ਨਹੀਂ ਆ ਰਿਕਾਰਡ ਹੈ ਜੀ 19/3/2022 ਨੂੰ ਮੈਂ ਸੌਂ ਚੱਕੀ ਹੈ ਪਹਿਲੀ ਚਿੱਠੀ ਮੀਟਿੰਗ ਕਰਨ ਤੋਂ ਬਾਅਦ 7/4/2022 ਦੀ ਰੇਲਵੇ ਨੂੰ ਲਿਖਿਆ ਆ ਜਿਹੜੀ ਡੇਟ ਹੈ 7/4 ਸਰਕਾਰੀ ਚਿੱਠੀਆਂ ਕੋਈ ਫੈਬਰੀਕੇਟਡ ਨਹੀਂ ਹੋ ਸਕਦੀ 15 ਦਿਨ ਦੇ ਵਿੱਚ ਸੌਂ ਚੱਕਣ ਤੋਂ ਬਾਅਦ ਇਸ ਤੇ ਮੈਂ ਮਿਹਨਤ ਕੀਤੀ ਕਸ਼ਮੀਰੀ ਗੇਟ ਦਿੱਲੀ ਕਦੀ ਕੋਈ ਰੇਲਵੇ ਦਾ ਦਫ਼ਤਰ ਕਦੀ ਕੋਈ ਰੇਲਵੇ ਦਾ ਦਫ਼ਤਰ ਕਦੀ ਕਿਤੇ ਫੋਨ ਮਾਰਿਆ ਕਿਤੇ ਪਰਸਨਲ ਦੋਸਤੀ ਕੱਢੀ ਕਿਤੇ ਕੋਈ ਦਬਕਾ ਮਾਰਿਆ ਤਾਂ ਜਾ ਕੇ ਅਕਤੂਬਰ 'ਚ ਜਿਹੜਾ ਫਾਟਕ ਹੈ ਚੱਕਿਆ ਗਿਆ ਉਸ ਤੋਂ ਕੰਮ ਹੋਇਆ ਕੰਪਨੀ ਵਾਲੇ ਕਹਿੰਦੇ ਜੀ 31 ਮਾਰਚ ਤੱਕ ਕਰ ਦਾਂਗੇ ਇਹ ਹਾਲ ਸੀ ਕੰਪਨੀ ਦਾ ਕਿ ਨਹੀਂ ਹੋਇਆ ਉਸ ਤੋਂ ਬਾਅਦ 9 ਫਰਵਰੀ 2023 ਨੂੰ ਫਿਰ ਖੱਤ ਲਿਖਿਆ ਗਿਆ ਕਿ ਜੀ ਡਾਈਵਰਜ਼ਨ ਇਹ ਹੈ 9 ਫਰਵਰੀ 2023 ਨੂੰ ਇਹ ਖੱਤ ਲਿਖਿਆ ਗਿਆ ਇਸ ਦਾ ਬਕਾਇਦਾ ਗਤਕਰੀ ਸਾਹਿਬ ਵੱਲੋਂ ਮੈਨੂੰ ਜਵਾਬ ਆਇਆ ਮੈਂ ਕਿਹਾ ਜੀ ਇਸ ਪੁਲ ਕਰਕੇ ਬਹੁਤ ਵੱਡੀ ਦਿੱਕਤ ਹੋ ਰਹੀ ਹੈ ਹੋਲਾ ਮਹੱਲਾ ਅੱਗੇ ਆ ਰਿਹਾ ਇਹ ਸਾਡਾ ਜਿਹੜਾ ਸਾਰਾ ਇਸ ਇਲਾਕੇ ਦਾ ਟੂਰਿਜ਼ਮ ਹਿੱਟ ਹੋ ਚੁੱਕਿਆ ਬਹੁਤ ਦਿੱਕਤਾਂ ਆਈਆਂ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹੈ ਕਿਉਂਕਿ ਜਿਹੜਾ ਦੂਜਾ ਰਸਤਾ ਆਪਣਾ ਚੱਲਦਾ ਪਿਆ ਭਲਾਣ ਵਾਲਾ ਉਹ ਰਸਤਾ ਇੰਨਾ ਕਾਬਲ ਨਹੀਂ ਹੈ ਛੋਟੀ ਸੜਕ ਹੈ ਉੱਥੋਂ ਹੈਵੀ ਟ੍ਰੈਫਿਕ ਜਾਂਦਾ ਬਹੁਤ ਸਾਰੀ ਮੌਤਾਂ ਹੋ ਰਹੀਆਂ ਇਹਦੇ ਤੇ ਹੋ ਰਹੀ ਉਸ ਤੋਂ ਬਾਅਦ ਅੱਜ ਤੱਕ ਕਦੀ ਕਿਸੇ ਮੰਤਰੀ ਨੇ ਜਾਂ ਕਦੀ ਕਿਸੇ MLA ਨੇ ਉਸ ਤੋਂ ਬਾਅਦ ਮੈਂ ਹਿਸਾਬ ਲਾ ਲਿਆ ਕਿ ਇਹ ਕੰਮ ਇਦਾਂ ਨਹੀਂ ਹੋਊਗਾ ਪਹਿਲੀ ਵਾਰੀ ਹੋਇਆ ਹੋਊਗਾ ਕਿਸੇ ਪ੍ਰੋਜੈਕਟ ਦੀ ਵੀਕਲੀ ਮੈਨੇਜਮੈਂਟ ਵੀਕਲੀ ਮੋਨੀਟਰਿੰਗ ਹਰ ਹਫਤੇ ਮੈਂ ਕੀ ਕੰਮ ਆਪ ਚੈੱਕ ਕਰਦਾ ਸੀ ਪਹਿਲੀ ਚੀਜ਼ ਉਸ ਤੋਂ ਬਾਅਦ 1/6/2023 1 ਜੂਨ 2023 ਅਗਲੀ ਚਿੱਠੀ ਇਹਨਾਂ ਨੂੰ ਮੀਟਿੰਗ ਦੇ ਲਈ ਇਹ ਮੈਂ ਸੈਕਟਰੀਏਟ ਬਿਠਾ ਕੇ ਚੰਡੀਗੜ੍ਹ ਇਹਨਾਂ ਨੂੰ ਸਾਰੇ ਨੇ NHAI ਦੇ ਸਾਰੇ ਮਿਨਿਸਟਰੀ ਠੇਕੇਦਾਰ ਸਭ ਬੁਲਾਉਂਦੇ ਸੀ 8/6/2023 ਉਸ ਤੋਂ ਅਗਲੀ 14/6/2023 ਉਸ ਤੋਂ ਅਗਲੀ 23/6/2023 ਆਪ ਜੀ ਨੂੰ ਇਹਨਾਂ ਦੀ ਕਾਪੀਆਂ ਚਾਹੀਦੀਆਂ ਮੈਂ ਉਹ ਵੀ ਦੇ ਦੂੰਗਾ ਉਸ ਤੋਂ ਅਗਲੀ 3/7/2023 ਉਸ ਤੋਂ ਅਗਲੀ 21/7/2023 31/7 ਨੂੰ ਆਪ ਸਭ ਵੀ ਇੱਥੇ ਸੀਗੇ ਜਦੋਂ ਰਾਤ ਨੂੰ ਮੈਂ ਇੱਥੇ ਕਈ ਘੰਟੇ ਬੈਠ ਕੇ ਆਪ ਇੱਥੇ ਜਿਹੜਾ ਇਹਦੀ ਸਲੈਬ ਫੁਕਵਾਈ ਆਪ ਇੱਥੇ ਲੈਂਟਰ ਪਵਾਇਆ ਹਰ ਹਾਲਤ 31/7 ਨੂੰ ਉਸ ਤੋਂ ਬਾਅਦ 25/8 ਨੂੰ ਦੁਬਾਰਾ ਮੁਆਇਨਾ ਕੀਤਾ ਕਿ ਕਿਵੇਂ ਇਸ ਫਲਾਈਓਵਰ ਦੇ ਇੱਕ ਪਾਸਾ ਚੱਲਦਾ ਜਾਵੇ ਫਿਰ ਉਸ ਤੋਂ ਬਾਅਦ 8/9 ਨੂੰ ਮੀਟਿੰਗ ਹੋਈ ਤੇ ਅੱਜ ਮੀਟਿੰਗ ਰੱਖੀ ਹੈ ਪਿਛਲੇ 4 ਦਿਨਾਂ ਦੇ ਵਿੱਚ ਇਦਾਂ ਦੀਆਂ ਸਾਜ਼ਿਸ਼ਾਂ ਇਦਾਂ ਦੀਆਂ ਚਿੱਠੀਆਂ ਬੀਜੇਪੀ ਦੇ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਕਿ ਕਿਸੇ ਤਰੀਕੇ ਨਾਲ ਇਹ ਫਲਾਈਓਵਰ ਬੰਦ ਹੋਵੇ ਮੇਰਾ ਕੋਈ ਕ੍ਰੈਡਿਟ ਵਾਰਡ ਨਹੀਂ ਮੈਂ ਕਿਤੇ ਕੋਈ ਨੀਂਹ ਪੱਥਰ ਨਹੀਂ ਰੱਖਿਆ ਮੈਂ ਇਸ ਫਲਾਈਓਵਰ ਤੇ ਕਿਤੇ ਕੋਈ ਨੀਂਹ ਪੱਥਰ ਨਹੀਂ ਰੱਖਿਆ ਹਾਲਾਂਕਿ ਮੈਂ ਕੈਬਨਿਟ ਮੰਤਰੀ ਚਾਹੁੰਦਾ ਉਹ ਵੀ ਰੱਖ ਸਕਦਾ ਸੀ ਮੈਨੂੰ ਕੋਈ ਰੋਕ ਨਹੀਂ ਸਕਦਾ ਪਰ ਫਿਰ ਵੀ ਕਿਤੇ ਕੋਈ ਨੀਂਹ ਪੱਥਰ ਨਹੀਂ ਰੱਖਿਆ ਮੈਨੂੰ ਇੱਕੋ ਹੀ ਸੀਗਾ ਕਿ ਇਲਾਕੇ ਦੇ ਲੋਕਾਂ ਨੂੰ ਨੰਗਲ ਸ਼ਹਿਰ ਵਾਸੀਆਂ ਨੂੰ ਹਿਮਾਚਲ ਤੋਂ ਆਉਣ ਜਾਣ ਵਾਲਿਆਂ ਨੂੰ ਪਿਛਲੇ 30 ਮੌਤਾਂ ਪਿਛਲੇ 6 ਸਾਲਾਂ 'ਚ 30 ਮੌਤਾਂ ਹੋਈਆਂ ਇਸ ਫਲਾਈਓਵਰ ਦੇ ਕਰਕੇ ਜਿਹੜਾ ਦੂਜਾ ਸੜਕ ਚੱਲਦੀ ਹੈ ਉਹਦੇ ਉੱਤੇ ਕਈ ਪੇਸ਼ੈਂਟ ਇੱਥੇ ਐਂਬੂਲੈਂਸਾਂ ਦੇ ਵਿੱਚ ਹੀ ਪੂਰੇ ਹੋ ਗਏ ਨੰਗਲ ਦੇ ਵਿੱਚ 2-2, 3-3 ਫੈਕਟਰੀਆਂ ਕੈਮੀਕਲ ਵਾਲੀ ਫੈਕਟਰੀਆਂ ਕੱਲ ਨੂੰ ਕੋਈ ਨਾ ਖੁਦਾ ਨਾ ਖਾਦਸਾ ਕੋਈ ਹਾਦਸਾ ਹੋ ਜਾਂਦਾ ਉਸ ਪਾਸੋਂ ਇਸ ਪਾਸੇ ਨਹੀਂ ਆ ਸਕਦੇ ਸੀ ਅਸੀਂ ਇਸ ਦੇ ਉੱਤੇ ਮਿਹਨਤ ਕਰਕੇ ਕੰਮ ਕੀਤਾ ਪਰ ਜਿਹੜੇ ਅੱਜ ਮੈਂ ਹੁਣ ਤੁਹਾਡੇ ਮਾਧਿਅਮ ਨਾਲ ਲਈ ਹੈ ਕਿ ਅਗਰ ਇਹ ਬੰਦ ਹੁੰਦਾ ਤਾਂ ਉਹਨਾਂ ਲੀਡਰਾਂ ਕਰਕੇ ਹੋਊਗਾ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਦੋਸਤ ਦੱਸਦੇ ਨੇ JP ਨੱਡੇ ਦੇ ਦੋਸਤ ਦੱਸਦੇ ਨੇ ਹਲਕੇ ਦਾ ਕੋਈ ਭੱਲੇ ਦਾ ਕੰਮ ਹੋਵੇ ਹਰ ਕੰਮ 'ਚ ਟੰਗ ਅੜਾਉਂਦੇ ਨੇ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਤੁਹਾਨੂੰ ਪਤਾ ਹੈ ਜਿਹੜਾ ਇਹਦਾ ਸ਼ਿਕੰਜਾ ਉਧਰਲੇ ਪਾਸੇ ਵਾਲਾ ਕਰਦਾ ਤਿਆਰ ਸੀ ਤੁਸੀਂ ਸੋਚ ਕੇ ਦੇਖੋ ਕਿਸ ਹੱਦ ਤੱਕ ਜਾ ਸਕਦੇ ਆ BBMP ਤੋਂ ਚਿੱਠੀ ਕਢਾਤੀ ਕਹਿੰਦੇ ਆ ਜਿਹੜਾ ਫਲਾਈਓਵਰ ਹੈ ਨਾ ਡੈਮ ਲਈ ਖਤਰਾ ਇਹਨੂੰ ਬੰਦ ਕੀਤਾ ਜਾਵੇ ਜਦੋਂ ਦਾ ਚਲਾਇਆ ਵੀ ਤੁਹਾਨੂੰ 2018 'ਚ ਪਤਾ ਨਹੀਂ ਲੱਗਿਆ ਕਿ ਖਤਰਾ ਹੋ ਸਕਦਾ 19 'ਚ ਨਹੀਂ ਪਤਾ ਲੱਗਿਆ 20 'ਚ ਨਹੀਂ ਪਤਾ ਲੱਗਿਆ 21 'ਚ ਨਹੀਂ ਪਤਾ ਲੱਗਿਆ 22 'ਚ ਨਹੀਂ ਪਤਾ ਲੱਗਿਆ ਜਦੋਂ ਲੋਕਾਂ ਦਾ ਚੱਲ ਪਿਆ ਲੋਕਾਂ ਨੂੰ ਸਾਹ ਲੱਗ ਗਿਆ ਨੰਗਲ 'ਚ ਕਾਰੋਬਾਰ ਆ ਗਏ ਨੰਗਲ 'ਚ ਦੁਕਾਨਾਂ ਖੁੱਲ ਗਈਆਂ ਹੁਣ ਕਹਿੰਦੇ ਜੀ ਡੈਮ ਨੂੰ ਖਤਰਾ ਹੈ ਜੀ ਇਹਨੂੰ ਬੰਦ ਕਰੋ